ਤੁਹਾਡੇ ਕੋਲ ਅੱਜ ਦੋ ਸਸਪੈਕਟ ਪੇਸ਼ੈਂਟ ਜਿਨ੍ਹਾਂ ਦੀ ਟਰੈਵਲ ਹਿਸਟਰੀ ਆ ਬਾਹਰਲੇ ਦੇਸ਼ਾਂ ਦੀ, ਉਹ ਆਏ ਸੀ। ਅਸੀਂ ਉਹਨਾਂ ਨੂੰ ਆਈਸੋਲੇਸ਼ਨ ਵਾਰਡ ਦੇ ਵਿੱਚ ਐਡਮਿਟ ਕਰਕੇ ਉਹਨਾਂ ਦੇ ਸੈਂਪਲ ਲੈ ਰਹੇ ਹਾਂ, ਔਰ ਸੈਂਪਲ ਲੈ ਕੇ ਅਸੀਂ ਮੈਡੀਕਲ ਕਾਲਜ ਅੰਮ੍ਰਿਤਸਰ ਭੇਜਾਂਗੇ। ਉਸ ਤੋਂ ਬਾਅਦ ਉਹਨਾਂ ਦੀ ਜੋ ਵੀ ਬਣਦੀ ਟ੍ਰੀਟਮੈਂਟ ਕਰਾਂਗੇ। ਪਤਾ ਲੱਗਾ ਕਿ ਹੁਣ ਜਿਹੜੇ ਸੈਂਪਲ ਨੇ ਪਹਿਲੇ ਗੁਰਦਾਸਪੁਰ ਹੁੰਦੇ ਸੀ, ਹੁਣ ਤੁਸੀਂ ਬਟਾਲੇ ਵੀ ਲੈਣੇ ਸ਼ੁਰੂ ਕਰਦੇ? ਹਾਂਜੀ, ਹੁਣ ਇਹ ਜਿਹੜਾ ਸੈਂਟਰ ਹੈ, ਸੈਂਪਲ ਕਲੈਕਸ਼ਨ ਦੀ ਜਿਹੜੀ ਫੈਸਿਲਿਟੀ ਹੈ, ਉਹ ਸਿਵਲ ਹਸਪਤਾਲ ਬਟਾਲਾ ਵਿੱਚ ਵੀ ਉਪਲਬਧ ਕਰਾ ਦਿੱਤੀ ਗਈ ਹੈ। ਸਰ, ਇਹ ਰਿਪੋਰਟ ਕਿੰਨੀ ਦੇਰ 'ਚ ਆਉਂਦੀ ਹੈ ਜੀ? ਇਹ ਰਿਪੋਰਟ 72 ਘੰਟੇ 'ਚ। Subscribe to our YouTube channel News DNN by clicking the bell icon. Don't forget to like, comment and share.